ਸਤਿ ਸ਼੍ਰੀ ਅਕਾਲ ਜੀ, ਵੈਲਕਮ ਆ ਜੀ ਤੁਹਾਡਾ ਮੇਰੇ ਚੈਨਲ ਬੀ ਸਟਾਈਲਿਸ਼ 'ਤੇ। ਅਤੇ ਅੱਜ ਆਪਾਂ ਤੁਹਾਡੇ ਨਾਲ ਬਹੁਤ ਹੀ ਪਿਆਰਾ ਜਿਹਾ ਡਿਫਰੈਂਟ ਸਟਾਈਲਿਸ਼ ਜਿਹੜੇ ਸੂਟ ਸ਼ੇਅਰ ਕਰ ਰਹੇ ਹਾਂ। ਸੋ ਇਹ ਬਿਲਕੁਲ ਨਿਊ ਟ੍ਰੈਂਡ ਦੇ ਇਮਬਰਾਇਡਰੀ ਹੈਗੀ ਹੈ, ਜਿਵੇਂ ਕਿ ਹਰ ਸੀਜ਼ਨ ਦੇ ਵਿੱਚ ਹੈ, ਜਿਵੇਂ ਕੁਛ ਨਾ ਕੁਛ ਡਿਫਰੈਂਟ ਜਿਹੜਾ ਟ੍ਰੈਂਡ ਹੁੰਦਾ ਹੈ, ਜਾਂ ਆਪਾਂ ਟ੍ਰੈਂਡ ਦੇ ਵਿੱਚ ਕੁਛ ਡਿਫਰੈਂਟ ਬਣਾਉਣੇ ਹੈਗੇ ਆ। ਸੋ ਉਸ ਤਰ੍ਹਾਂ ਜਿਵੇਂ ਇਸ ਜਿਹੜਾ ਸੀਜ਼ਨ ਹੈਗਾ ਇਹਦੇ ਵਿੱਚ ਜਿਵੇਂ ਸਿੰਗਲ ਸ਼ੇਡ ਇੰਬਰਾਇਡਰੀ ਹੈ, ਜਿਹੜੀ ਸ਼ੇਡਿਡ ਇੰਬਰਾਇਡਰੀ ਦੇ ਵਿੱਚ ਜਿਹੜਾ ਸਿੰਗਲ ਸ਼ੇਡ ਹੈ ਬਹੁਤ ਟ੍ਰੈਂਡ ਦੇ ਵਿੱਚ ਹੈ। ਜਿਵੇਂ ਡਾਰਕ ਦੇ ਵਿੱਚ ਤੁਸੀਂ ਡਾਰਕ ਸ਼ੇਡ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਹੈ ਕਿ ਵਾਈਟ ਕਲਰ ਦੀ ਇੰਬਰਾਇਡਰੀ ਦਾ ਕਾਫੀ ਟ੍ਰੈਂਡ ਹੈ, ਉਹ ਬਹੁਤ ਹੀ ਪਿਆਰਾ ਲੱਗਦਾ। ਸੋ ਉਸੇ ਤਰ੍ਹਾਂ ਜਿਵੇਂ ਲਾਈਟ ਸੂਟਸ ਹੈਗੇ ਆ, ਅਤੇ ਉਹਦੇ ਉੱਪਰ ਡਾਰਕ ਜਿਵੇਂ ਸਿੰਗਲ ਕਲਰ ਦੀ ਜਿਹੜੀ ਇੰਬਰਾਇਡਰੀ ਕੀਤੀ ਹੁੰਦੀ ਹੈ। ਸੋ ਹਰ ਸੀਜ਼ਨ ਦੇ ਵਿੱਚ ਆ ਜਿਹੜਾ ਇਹ ਹਰ ਥੋੜ੍ਹਾ ਬਹੁਤ ਆ ਜਿਹੜਾ ਚੇਂਜ ਹੋ ਜਾਂਦਾ। ਸੋ ਇਸ ਸੀਜ਼ਨ ਦੇ ਵਿੱਚ ਵੀ ਜਿਵੇਂ ਇਹ ਡਿਫਰੈਂਟ ਜਿਹੜਾ ਕਨਸੈਪਟ ਆਇਆ ਹੈਗਾ, ਔਰ ਵਰਕ ਕਰਨ ਦਾ ਜਿਵੇਂ ਇਹਦੇ ਵਿੱਚ ਹੈਗਾ ਜੀ, ਇਹਦੇ ਵਿੱਚ ਬੂਟੀ ਹੈ, ਗਲੇ 'ਤੇ ਡਿਜ਼ਾਈਨ ਹੈ, ਇਹ ਵੀ ਹਰ ਸੀਜ਼ਨ ਚੇਂਜ ਹੁੰਦਾ। ਜਿਵੇਂ ਸੈਂਟਰ ਪੈਨਲ ਕਾਫੀ ਚੱਲ ਰਿਹਾ, ਪਹਿਲਾਂ ਘੇਰਾ ਇੰਬਰਾਇਡਰੀ ਕਾਫੀ ਚੱਲਦੀ ਸੀ, ਹੁਣ ਜਿਵੇਂ ਸਲਵਾਰ 'ਤੇ ਇੰਬਰਾਇਡਰੀ ਵੀ ਕਾਫੀ ਚੱਲ ਰਹੀ ਹੈ। ਸੋ ਇਹ ਜਿਹੜੇ ਡਿਫਰੈਂਟ ਕਲਰ ਆ, ਜਿਹੜਾ ਕਨਸੈਪਟ ਹੈਗਾ, ਡਿਫਰੈਂਟ ਟ੍ਰੈਂਡਿੰਗ ਦਾ ਕਨਸੈਪਟ ਹੈਗਾ, ਚੱਲ ਰਿਹਾ ਹੈਗਾ। ਇਸ ਤਰ੍ਹਾਂ ਇਹ ਜਿਹੜਾ ਕਨਸੈਪਟ ਬਣਦਾ ਹੈਗਾ, ਬਲੈਕ ਇੰਬਰਾਇਡਰੀ ਕੀਤੀ ਹੋਈ ਹੈ, ਥਰੈਡ ਇੰਬਰਾਇਡਰੀ ਹੈ ਇਹ ਮਸ਼ੀਨ ਇੰਬਰਾਇਡਰੀ ਦੇ ਵਿੱਚ। ਸੋ ਇਹ ਹੈਗਾ ਜੀ, ਜਿਵੇਂ ਇੱਥੋਂ ਜਿਹੜਾ ਗਲਾ ਹੈਗਾ ਉਹ ਕੱਟ ਹੋ ਜੂਗਾ, ਔਰ ਗਲੇ ਦੇ ਨੀਚੇ ਜਿਹੜਾ ਫਲਾਰ ਆਉਂਦਾ ਹੈਗਾ, ਇਹਨੂੰ ਤੁਸੀਂ ਘੇਰੇ ਦੇ ਉੱਪਰ ਤੱਕ ਵੀ ਬਣਵਾ ਸਕਦੇ ਹੋ। ਸੋ ਅਸੀਂ ਇਹਨੂੰ ਡਿਫਰੈਂਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਇਹ ਦੇਖੋ, ਇਹ ਗਲੇ ਦੇ ਨਾਲ ਤੁਹਾਨੂੰ ਹੋਏਗਾ, ਸਾਈਡਸ 'ਤੇ ਲੇਸ ਲੱਗ ਜੂਗੀ, ਘੇਰੇ 'ਤੇ ਲੇਸ ਲੱਗ ਜੂਗੀ, ਔਰ ਉੱਪਰ ਆ ਜਿਹੜਾ ਹੈਵੀ ਕਨਸੈਪਟ ਹੋ ਜੂਗਾ, ਔਰ ਬੈਕ 'ਤੇ ਵੀ ਇਹਦੇ ਇਸੇ ਤਰ੍ਹਾਂ ਦਾ ਬੈਕ 'ਤੇ ਡਿਜ਼ਾਈਨ ਹੈ, ਇਹ ਦੇਖੋ। ਸੋ ਹਰ ਸੀਜ਼ਨ ਦੇ ਵਿੱਚ ਆ, ਜਿਵੇਂ ਇੱਥੇ ਗਲਾ ਹੋ ਜੂਗਾ ਅਤੇ ਬੈਕ 'ਤੇ ਡਿਜ਼ਾਈਨ ਆਉਂਦਾ। ਸੋ ਹਰ ਸੀਜ਼ਨ ਦੇ ਵਿੱਚ ਆ ਜਿਹੜਾ ਕੁਛ ਨਾ ਕੁਛ ਚੇਂਜ ਹੁੰਦਾ, ਸੋ ਉਸ ਦੇ ਅਕੋਰਡਿੰਗ ਆ ਜਿਹੜਾ ਅਸੀਂ ਜਿਵੇਂ ਸੂਟਸ ਆ ਬਣਾਉਂਦੇ ਹਾਂ। ਔਰ ਇਸੇ ਦੇ ਵਿੱਚ ਅਸੀਂ ਇਹ ਜਿਹੜਾ ਹੈਗਾ, ਜਿਵੇਂ ਲੇਲਨ ਟਾਈਪ ਸਟੱਫ ਸੀਗਾ ਜੀ, ਉਹਦੇ ਵਿੱਚ ਅਸੀਂ ਤੁਹਾਨੂੰ ਦਿਖਾਇਆ ਹੈਗਾ, ਤੁਸੀਂ ਕਿਸੇ ਵੀ ਸ਼ੇਡ 'ਤੇ ਕਿਸੇ ਵੀ ਕਲਰ ਦੇ ਵਿੱਚ ਜਾ ਸਕਦੇ ਹੋ। ਸੋ ਇਹ ਜਿਹੜਾ ਵਰਕ ਹੈਗਾ ਜੀ, ਬਹੁਤ ਹੀ ਬਰੀਕ ਹੈ, ਔਰ ਇਹ ਨਹੀਂ ਹੈਗਾ ਕਿ ਇਹ ਅਤੇ ਅਸੀਂ ਬਹੁਤ ਹੀ ਟਾਈਮਿੰਗ ਲਾ ਕੇ ਜਿਵੇਂ ਚੀਜ਼ਾਂ ਬਣਦੀਆਂ, ਬਹੁਤ ਨੀਟ ਐਂਡ ਕਲੀਨ ਹੈ, ਔਰ ਸਿੰਗਲ ਹੈ ਜਿਵੇਂ ਥਰੈਡ ਚੱਕ ਕੇ ਇਹ ਬਣਦਾ ਹੈਗਾ। ਸੋ ਇਹ ਵਾਲਾ ਵੀ ਤੁਸੀਂ ਦੇਖੋਗੇ ਕਿ ਬਹੁਤ ਹੀ ਜਦੋਂ ਬਰੀਕ ਕੰਮ ਕਰਦੇ ਹਾਂ ਤਾਂ ਆਪਾਂ ਜਿਹੜੀ ਟਾਈਮਿੰਗ ਹੈਗੀ ਆ, ਓਬਵੀਅਸਲੀ ਜਿਹੜੀ ਟਾਈਮ ਹੈ ਲੱਗਦਾ। ਸੋ ਇਹ ਵੀ ਮਸਲੀਨ ਦੇ ਵਿੱਚ ਹੈਗਾ ਜੀ, ਦੋਨੋਂ ਸਾਈਡ ਚੌਕਸ ਅਤੇ ਵੇਲ ਜਾਂਦੀਆਂ ਹੈਗੀਆਂ, ਦੇਖੋ ਬਹੁਤ ਹੀ ਬਰੀਕ ਕੰਮ ਹੈਗਾ। ਔਰ ਅਗਰ ਤੁਸੀਂ ਇਹਨੂੰ ਟੱਚ ਕਰਕੇ ਵੀ ਦੇਖੋਗੇ ਤਾਂ ਬਹੁਤ ਹੀ ਜਿਹੜਾ ਇਹ ਗੁੰਦਵਾਂ ਵਰਕ ਹੋਇਆ ਹੋਇਆ ਹੈ, ਕਿਉਂਕਿ ਇਸ ਤਰ੍ਹਾਂ ਨਿਕਲਣ ਵਾਲਾ ਸਟੱਫ ਨਹੀਂ ਹੈਗਾ। ਤੁਸੀਂ ਕਿੰਨੇ ਵੀ ਵਾਸ਼ ਤੋਂ ਬਾਅਦ ਆ ਜਿਵੇਂ ਇਹਨੂੰ ਵੀਅਰ ਕਰੋਗੇ ਤਾਂ ਇਹ ਜਿਹੜਾ ਐਜ਼ ਇਟ ਇਜ਼ ਹੀ ਰਹੂਗਾ, ਕਿਉਂਕਿ ਸਾਨੂੰ ਜਿਵੇਂ ਅਸੀਂ ਕਾਫੀ ਟਾਈਮ ਤੋਂ ਜਿਹੜਾ ਕੰਮ ਕਰ ਰਹੇ ਹਾਂ, ਸਾਡੇ ਵਰਕ ਦੀ ਇਹ ਸਪੈਸ਼ਲ ਹੋਊਗਾ ਕਿ ਤੁਸੀਂ ਸਟਾਫ ਆ ਜਿਹੜਾ ਹੰਢਾ ਦੋਗੇ, ਪਰ ਵਰਕ ਦੇ ਵਿੱਚੋਂ ਕੋਈ ਵੀ ਧਾਗਾ ਜਾਂ ਉਹਨੂੰ ਵਰਕ ਨੂੰ ਕੋਈ ਪ੍ਰੋਬਲਮ ਨਹੀਂ ਹੋਊਗੀ। ਸੋ ਇਸੇ ਤਰ੍ਹਾਂ ਹੀ ਇਹ ਹੈਗਾ, ਇਹਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਨਹੀਂ ਹੈਗਾ। ਇਹ ਦੇਖੋ, ਇਹ ਜਿਵੇਂ ਸੈਨ ਘੇਰੇ ਦੀ ਸਮਿਟਰੀ ਹੋ ਗਈ ਜੀ ਚੌਕਾਂ ਤੱਕ, ਫਿਰ ਇਹ ਜਿਹੜਾ ਉੱਪਰੋਂ ਗਲੇ ਤੋਂ ਨੀਚੇ ਡਿਜ਼ਾਈਨ ਆਉਂਦਾ, ਇਹ ਦੇਖੋ। ਇਹ ਬਹੁਤ ਹੀ ਪਿਆਰਾ ਕਨਸੈਪਟ ਆ, ਅਤੇ ਬਹੁਤ ਹੀ ਪਿਆਰੀ ਜੀ ਵਿੱਚ ਆ ਜਿਹੜਾ ਅਸੀਂ ਬੂਟੀ ਦਿੱਤੀ ਹੋਈ ਹੈ, ਔਰ ਇਸ ਤਰ੍ਹਾਂ ਹੈਗਾ ਜਿਹੜਾ ਇਹ ਬਾਜੂ ਦਾ ਵਰਕ ਹੈ ਜੀ। ਔਰ ਬੈਕ ਦੇ ਵਿੱਚ ਵੀ ਉੱਪਰ ਤੱਕ ਹੈ ਜਿਹੜਾ ਇਹ ਸਿੰਪਲ ਇਸ ਤਰ੍ਹਾਂ ਬੂਟੀ ਦਿੱਤੀ ਹੋਈ ਹੈ। ਸਾਰਾ ਜਿਹੜਾ ਬੈਕ ਹੈਗੀ ਹੈ ਇਹ ਵੀ ਪੂਰੀ ਫਿੱਲ ਹੈਗੀ ਹੈ। ਸੋ ਇਹਨਾਂ ਦੀ ਪ੍ਰਾਈਜ਼ ਆ ਜਿਹੜੀ ਅਲੱਗ ਅਲੱਗ ਹੋਊਗੀ ਜੀ, ਔਰ ਇਸ ਤਰ੍ਹਾਂ ਮੈਂ ਤੁਹਾਨੂੰ ਦੁਬਾਰਾ ਫਿਰ ਨੇੜੇ ਤੋਂ ਦਿਖਾਉਣੀ ਹਾਂ ਕਿ ਬਹੁਤ ਹੀ ਪਿਆਰਾ ਜਿਹਾ ਵਰਕ ਹੈ। ਇਸ ਤਰ੍ਹਾਂ ਲੱਗਦਾ ਕਿ ਜਿਵੇਂ ਤੁਸੀਂ ਪੇਂਟ ਦੇ ਨਾਲ ਜਿਹੜਾ ਤੁਸੀਂ ਇੰਨਾ ਬਰੀਕ ਹੈਗਾ ਕਿ ਪੇਂਟ ਦੇ ਨਾਲ ਜਿਵੇਂ ਉੱਪਰ ਜਿਹੜਾ ਲਾਈਨਸ ਨਾਲ ਵਰਕ ਕੀਤਾ ਹੋ, ਲਾਈਨਸ ਨਾਲ ਪੇਂਟ ਕੀਤਾ ਹੁੰਦਾ। ਸੋ ਇਸ ਤਰ੍ਹਾਂ ਨਹੀਂ ਲੱਗਦਾ ਕਿ ਮਸ਼ੀਨ ਇੰਬਰਾਇਡਰੀ ਹੈ। ਇਹ ਜਿਵੇਂ ਸਟਰੇਟ ਬੋਟਮ ਦੇ ਉੱਪਰ ਵੇਲ ਹੈਗੀ ਹੈ ਜੀ, ਸੋ ਇਹ ਬਿਲਕੁਲ ਹੀ ਜਿਹੜਾ ਡਿਫਰੈਂਟ ਕਨਸੈਪਟ ਸੀਗਾ ਜੀ, ਬਿਲਕੁਲ ਡਿਫਰੈਂਟ ਟ੍ਰੈਂਡ ਹੈਗਾ ਇਸ ਚੀਜ਼ ਦਾ, ਜੋ ਕਿ ਤੁਹਾਡੇ ਨਾਲ ਮੈਂ ਸ਼ੇਅਰ ਕਰ ਰਹੀ ਹਾਂ, ਤੁਸੀਂ ਪਹਿਲਾਂ ਕਦੇ ਨਹੀਂ ਦੇਖਿਆ ਹੋਣਾ।
ਸੋ ਤੁਸੀਂ ਇਹਨੂੰ ਆਪਣੀ ਜਿਹੜੇ ਆਰਡਰਸ ਹੈਗੇ ਆ ਉਹਦੇ ਵਿੱਚ ਸ਼ਾਮਲ ਕਰ ਸਕਦੇ ਹੋ। ਅਗਰ ਤੁਸੀਂ ਸੂਟ ਦਿੱਤੇ ਹੋਏ ਆ ਤਾਂ ਉਹਨਾਂ ਨੂੰ ਤੁਸੀਂ ਇਹ ਜਾਰਜਟ 'ਤੇ ਵੀ ਬਣਾ ਸਕਦੇ ਹੋ, ਉਹਨਾਂ ਦੇ ਵਿੱਚ ਵੀ ਤੁਸੀਂ ਇਹ ਜਿਹੜਾ ਇਮਬਰਾਇਡਰੀ ਹੈ ਜਾਂ ਸੂਟ ਹੈ ਆਪਣਾ ਸ਼ਾਮਿਲ ਕਰ ਸਕਦੇ ਹੋ, ਕਿਉਂਕਿ ਕਾਫੀ ਸਾਰੇ ਆਰਡਰ ਜਿਹੜੇ ਬਣ ਰਹੇ ਹੈਗੇ ਆ। ਔਰ ਤੁਸੀਂ ਬਹੁਤ ਸਾਰਾ ਪਿਆਰ ਦਿੰਦੇ ਹੋ, ਬਹੁਤ ਬਹੁਤ ਜਿਹੜਾ ਤੁਹਾਡਾ ਥੈਂਕ ਯੂ, ਬਹੁਤ ਸਾਰਾ ਟਰਸਟ ਕਰਦੇ ਹੋ, ਉਹਦੇ ਲਈ ਬਹੁਤ ਬਹੁਤ ਥੈਂਕ ਯੂ ਜੀ ਤੁਹਾਡਾ। ਔਰ ਇਸੇ ਤਰ੍ਹਾਂ ਜੀ ਬਹੁਤ ਸਾਰੇ ਕੁਐਸਚਨ ਸੀ ਤੁਹਾਡੇ ਕਿ ਤੁਸੀਂ ਨਿਊ ਨਹੀਂ ਕੁਛ ਸ਼ੁਰੂ ਦਿਖਾ ਰਹੇ, ਕਿਉਂਕਿ ਤੁਹਾਡੀ ਜਿਹੜਾ ਸੇਮ ਕਲੈਕਸ਼ਨ ਆ ਰਹੀ ਹੈ, ਕਿਉਂਕਿ ਸਾਡੇ ਕੋਲ ਨਿਊ ਆਰਡਰਸ ਲੈਣ ਲਈ ਟਾਈਮ ਨਹੀਂ ਸੀਗਾ ਜੀ, ਕਿਉਂਕਿ ਅਸੀਂ ਜਿਹੜੇ ਬੈਕ ਆਰਡਰ ਹੈਗੇ ਆ ਉਹ ਵੀ ਕਾਫੀ ਪੈਂਡਿੰਗ ਹੈਗੇ ਆ, ਸੋ ਉਹ ਬਣਾ ਰਹੇ ਹੈਗੇ ਆ। ਸੋ ਹੁਣ ਅਸੀਂ ਜਿਹੜੇ ਆਰਡਰਸ ਆ ਤੁਹਾਡੇ ਲੈ ਰਹੇ ਹੈਗੇ ਆ ਉਹਦੇ ਵਿੱਚ ਤੁਸੀਂ ਇਹ ਜਿਹੜੇ ਨਿਊ ਆ ਉਹ ਆਪਣਾ ਸ਼ਾਮਿਲ ਕਰ ਸਕਦੇ ਹੋ। ਸੋ ਆਰਡਰ ਕਨਫਰਮ ਕਰਨ ਲਈ ਜੀ ਆਪਣਾ ਵਟਸਐਪ ਨੰਬਰ ਹੈਗਾ 7589231377 'ਤੇ ਤੁਸੀਂ ਆਰਡਰ ਆਪਣਾ ਪਲੇਸ ਕਰ ਸਕਦੇ ਹੋ। ਸੋ ਇਸੇ ਤਰ੍ਹਾਂ ਜੀ ਬਣੇ ਰਹੋ, ਆਪਾਂ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਜ਼ਰੂਰ ਨਵਾਂ ਕੁਛ ਦਿਖਾਵਾਂਗੇ। ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਹੁਣ ਕੁਛ ਤੁਸੀਂ ਡਿਫਰੈਂਟ ਕਰਨਾ ਚਾਹੁੰਦੇ ਹੋ ਜਾਂ ਡਿਫਰੈਂਟ ਬਣਾਉਣਾ ਚਾਹੁੰਦੇ ਹੋ, ਕਿਉਂਕਿ ਕਈਆਂ ਦੇ ਆਰਡਰ ਆ ਜਿਹੜੇ ਤਿੰਨ ਤਿੰਨ ਚਾਰ ਚਾਰ ਆਰਡਰ ਚਲੇ ਗਏ ਹੈਗੇ ਆ, ਸਾਰੇ ਸੂਟਸ ਉਹਨਾਂ ਦੇ ਬਣ ਗਏ ਹੈਗੇ ਆ ਸੇਮ ਡਿਜ਼ਾਈਨਸ ਦੇ, ਸੋ ਨਵੇਂ ਬਣਾਉਣਾ ਚਾਹੁੰਦੇ ਹੋ ਤਾਂ ਉਹਦੇ ਲਈ ਵੀ ਤੁਸੀਂ ਮੈਸੇਜ ਕਰਿਆ ਕਰੋ। ਸੋ ਇਸੇ ਤਰ੍ਹਾਂ ਜੀ ਆਪਾਂ ਤੁਹਾਡੇ ਨਾਲ ਨਵੀਆਂ ਨਵੀਆਂ ਵੀਡੀਓਜ਼ ਲੈ ਕੇ ਆਵਾਂਗੇ। ਸੋ ਬਣੇ ਰਹੋ ਮੇਰੇ ਚੈਨਲ ਬੀ ਸਟਾਈਲਿਸ਼ 'ਤੇ, ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ, ਥੈਂਕ ਯੂ ਸੋ ਮਚ।